ਬੇਅਦਬੀ ਦੇ ਮੁਲਜ਼ਮ ਦਾ ਕੀਤਾ ਬੇਰਹਿਮੀ ਨਾਲ ਕਤਲ। ਗੁਰਦੁਆਰਾ ਸਾਹਿਬ 'ਚ ਵੜ ਕੇ ਪਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ। ਭੀੜ ਨੇ ਕੁੱਟ ਕੁੱਟ ਕੇ ਉਤਾਰਿਆ ਮੌਤ ਦੇ ਘਾਟ। ਪਿਤਾ ਕਹਿੰਦਾ 2 ਸਾਲ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਮੇਰਾ ਪੁੱਤ। ਇੱਕ ਸ਼ਖਸ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਫਾੜਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਜਿਵੇਂ ਹੀ ਇਸ ਸ਼ਖਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੀ ਭੀੜ ਨੇ ਉਸਨੂੰ ਕਾਬੂ ਕਰ ਲਿਆ ਅਤੇ ਉਸਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਉਸ ਸਮੇਂ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚਦੀ ਹੈ, ਪਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਸ ਸ਼ਖਸ ਦਾ ਸ਼ਰੇਆਮ ਭੀੜ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ। ਤਲਵਾਰਾਂ ਉਸਦੇ ਮੂੰਹ ਦੇ ਉੱਤੇ ਮਾਰੀਆਂ ਜਾਂਦੀਆਂ ਨੇ ਤੇ ਉਸਨੂੰ ਬੇਰਹਿਮੀ ਦੇ ਨਾਲ ਕੁੱਟਿਆ ਜਾਂਦਾ ਹੈ। ਤਾਂ ਦੱਸ ਦਈਏ ਕਿ ਮਾਮਲਾ ਜੀਰਾ ਦੇ ਪਿੰਡ ਬੰਡਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸ਼ਖਸ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਦੇ ਇਲਜ਼ਾਮ ਲੱਗੇ, ਜਿਸ ਤੋਂ ਬਾਅਦ ਲੋਕਾਂ ਦੀ ਭੀੜ ਨੇ ਉਸਨੂੰ ਕਾਬੂ ਕਰ ਲਿਆ ਅਤੇ ਮੌਕੇ ਦੇ ਉੱਤੇ ਹੀ ਉਸਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਤਾਂ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਜੋ ਮ੍ਰਿਤਕ ਸੀ ਉਸਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ 2 ਸਾਲ ਤੋਂ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ ਅਤੇ ਉਹ ਦਵਾਈਆਂ ਦੀਆਂ ਪਰਚੀਆਂ ਵੀ ਦਿਖਾਉਣ ਦੇ ਲਈ ਮੌਕੇ ਦੇ ਉੱਤੇ ਪਹੁੰਚੇ ਸੀ। ਭੀੜ ਨੇ ਪਰ ਉਹਨਾਂ ਦੀ ਇੱਕ ਨਾ ਸੁਣੀ, ਪਰਚੀਆਂ ਵੀ ਪਾੜ ਦਿੱਤੀਆਂ ਗਈਆਂ। ਇੱਥੋਂ ਤੱਕ ਉਹਨਾਂ ਨੇ ਇਲਜ਼ਾਮ ਲਗਾਏ ਕਿ ਜੋ ਬੇਕਾਬੂ ਹੋਈ ਭੀੜ ਸੀ ਉਹਨਾਂ ਨੇ ਉਸਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਤਾਂ ਦੱਸ ਦਈਏ ਕਿ ਜੀਰਾ ਦੇ ਪਿੰਡ ਬੰਡਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਸ਼ਖਸ ਜਿਸਦਾ ਨਾਮ ਬਖਸ਼ੀਸ਼ ਉਰਫ ਗੋਲਾ ਦੱਸਿਆ ਜਾ ਰਿਹਾ, ਉਸਦੇ ਉੱਤੇ ਇਹ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ ਸੀ ਅਤੇ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਉਸਨੂੰ ਮੌਤ ਦੇ ਘਾਟ ਉਤਾਰਿਆ ਗਿਆ। ਬੇਰਹਿਮੀ ਦੇ ਨਾਲ ਉਸਨੂੰ ਜ਼ਮੀਨ ਦੇ ਉੱਤੇ ਲਟਾਇਆ ਜਾਂਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਲਾਠੀ ਡੰਡਿਆਂ ਦੇ ਨਾਲ ਉਸਦੇ ਉੱਤੇ ਹਮਲਾ ਕੀਤਾ ਜਾਂਦਾ। ਹਾਲਾਂਕਿ ਇਸ ਤਰੀਕੇ ਦੀ ਸਜ਼ਾ ਦੇਣ ਦਾ ਹੱਕ ਭੀੜ ਨੂੰ ਕਿਸ ਨੇ ਦਿੱਤਾ, ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਅਜਿਹੇ ਕੰਮ ਦਾ ਹੋ ਜਾਣਾ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਵੱਡੇ ਸਵਾਲ ਖੜ੍ਹੇ ਕਰਦਾ। ਘਟਨਾ ਜੀ, ਮੁੰਡਾ ਠੀਕ ਨਹੀਂ ਸੀ, ਦਿਮਾਗੀ ਸੀ, ਮੈਂਟਲ ਸੀ ਅਤੇ ਮੈਂ ਘਰ ਕੰਮ ਕਰਦਿਆਂ ਅਤੇ ਮੈਂ ਘਰੋਂ ਚਲੇ ਗਿਆ। ਪਹਿਲਾਂ ਸਵੇਰੇ ਫਿਰਦਾ ਰਿਹਾ, ਘਰ ਆ ਜਾਂਦਾ ਰਿਹਾ, ਫਿਰਦਾ ਰਿਹਾ, ਆ ਜਾਂਦਾ ਰਿਹਾ। ਦੁਪਹਿਰੇ ਗਿਆ ਉੱਧਰ ਮਰਾਣੇ ਗਿਆ, ਉੱਥੇ ਜਾ ਕੇ ਪਤਾ ਨਹੀਂ ਰੱਬ ਜਾਂਦੇ ਕੋਈ ਅੰਗ ਲਿਬਾਸ ਵਾਲਾ ਪਾ ਰਿਹਾ, ਜਦੋਂ ਸਾਨੂੰ ਨਹੀਂ ਕਹੀ ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਡਿਆ ਨਹੀਂ, ਮਾਰਤਾ ਦੁਕਾਨਾਂ ਵੱਢ ਕੇ ਮਾਰਿਆ ਮੁੰਡਾ। ਮੈਂ ਕੋਲ ਖੜਾ ਜਦੋਂ ਮਾਰਿਆ ਉਹ ਮੈਨੂੰ ਮਾਰ ਦੇ ਲੱਗੇ, ਮੈਂ ਭੱਜ ਕੱਢੀ ਲਿਆ ਧੋਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ, ਮੁਲਾਜ਼ਮ ਸੁਣਾਉਂਦੇ ਨਹੀਂ ਕੱਢਿਆ। 2 ਸਾਲ ਤੋਂ ਹੋਏ ਦਵਾਈ ਚੱਲਦੀ ਨੂੰ, ਪਰਚੀਆਂ ਨਾ ਖੋਲੀਆਂ ਮੈਥੋਂ, ਪਰਚੀਆਂ ਦਿੱਤੀਆਂ ਨੀ ਨਾ, ਪਰਚੀਆਂ ਲੈ ਗਈਆਂ ਦਵਾਈ ਇਹ ਚੱਲਣ ਦੀ। ਮੁੰਡਾ ਕਿੰਨੀ ਉਮਰ ਸੀ? 19 ਸਾਲ ਦੀ ਉਮਰ। ਹਾਂਜੀ, ਪਰਚਾ ਹੋਣਾ ਚਾਹੀਦਾ, ਪਰਚਾ ਹੋਣਾ ਚਾਹੀਦਾ ਉਹਨਾਂ ਦੇ, ਜੋ ਗੁਨਾਹ ਵੇਖਦਾ ਤੇ ਪੁਲਿਸ ਨੂੰ ਦਿੰਦੇ, ਆਪੇ ਕਾਰਵਾਈ ਕਰਦੇ ਮੁੰਡੇ ਨੂੰ ਪੁਲਿਸ ਨੂੰ ਦੇ ਦਿੰਦੇ। ਜਦੋਂ